ਅਸਲਾਮ ਅਲੈਕੁਮ ਸੱਜਣੋ ਤੇ ਬੇਲੀਓ, ਮੈਂ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਸਾਰੇ ਦੋਸਤਾਂ ਦੀ ਚਾਹਤ ਤੇ ਮੁਹੱਬਤ ਦਾ ਸ਼ੁਕਰੀਆ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢਦੇ ਹੋ, ਵੀਡੀਓਜ਼ ਨੂੰ ਵੇਖਦੇ ਹੋ, ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ। ਅੱਜ ਦਿਨ ਜੀ ਜੁਮਾਤੁਲ ਮੁਬਾਰਕ ਦਾ, ਤੇ ਸਾਰੇ ਦੋਸਤ ਜਾਣਦੇ ਨੇ ਕਿ ਜੁਮਾ ਵਾਲੇ ਦਿਨ ਰਾਣਾ ਸਫਿਆਨ ਸਾਹਿਬ ਦੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ। ਤੇ ਮਾਸ਼ਾਅੱਲਾ ਜੀ, ਰਾਣਾ ਸਾਹਿਬ ਦੋਸਤਾਂ ਵਾਸਤੇ ਟਾਪ ਕੁਆਲਿਟੀ ਦੀਆਂ ਝੋਟੀਆਂ ਲੈ ਕੇ ਆਉਂਦੇ ਨੇ, ਤੇ ਅੱਜ ਦੀ ਇਸ ਵੀਡੀਓ 'ਚ ਨਾ ਸਿਰਫ ਝੋਟੀਆਂ ਬਲਕਿ ਮਾਸ਼ਾਅੱਲਾ ਜੀ ਪਹਿਲਨ ਵੱਛੀ ਵੀ ਮੌਜੂਦ ਹੈ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਜਾਇਜ਼ ਮੁਨਾਸਬ ਪਿਆਰ ਮੁਹੱਬਤ ਵਾਲਾ ਰੇਟ ਹੈ ਉਹ ਵੀ ਮਲੂਮ ਕਰਨੇ ਆ। ਰਾਣਾ ਸਾਹਿਬ ਆਓ ਜੀ ਸਾਹਮਣੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਭਾਈ ਫਰਾਜ਼ ਸਾਹਿਬ, ਕੀ ਹਾਲ ਹੈ? ਠੀਕ ਹੋ? ਤਬੀਅਤ ਸੇ ਠੀਕ ਜੇ? ਜੀ ਅੱਲਾਹ ਪਾਕ ਦਾ ਬੜਾ ਸ਼ੁਕਰ ਹੈ। ਰਾਣਾ ਸਾਹਿਬ ਤੁਸੀਂ ਸੁਣਾਓ, ਸਾਰੇ ਮਾਮਲਾ ਠੀਕ ਨੇ? ਅਲਹਮਦੁਲਿਲਾ, ਅੱਲਾਹ ਦਾ ਬੜਾ ਅਹਿਸਾਨ ਭਾਈ ਫਰਾਜ਼ ਸਾਹਿਬ, ਸ਼ੁਕਰ ਮਾਲਕ ਦੀ ਜ਼ਾਤ ਦਾ। ਮਾਸ਼ਾਅੱਲਾ ਜੀ, ਆ ਰਿਹਾ ਜੀ ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਹਰ ਜੁੰਮੇ ਵਾਲੇ ਦਿਨ ਜਨਾਬ ਦੀ ਵੀਡੀਓ ਇਹ ਅਪਲੋਡ ਹੁੰਦੀ ਹੈ। ਦੋਸਤਾਂ ਨੂੰ ਇੱਕ ਦਫਾ ਫੇਰ ਆਪਣਾ ਤੇ ਆਪਣੇ ਡੇਰੇ ਦਾ ਮੁਕੰਮਲ ਤਾਰਫ ਕਰਵਾ ਦਿਓ। ਨਾਮ ਰਾਣਾ ਸਫਿਆਨ ਹੈ, ਪਿੰਡ ਸਾਨੇਆਲੀ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ ਹੈ। ਸਿਆਲਕੋਟ ਤੋਂ 10 ਕਿਲੋਮੀਟਰ ਏਮਨਾਬਾਦ ਰੋਡ ਦੇ ਭੱਲਾਵਾਲ ਦੇ ਨਾਲ ਪਿੰਡ ਸਾਨੇ ਵਾਲੀ ਹੈ। ਡਸਕਾ ਤੋਂ 9 ਤੋਂ 10 ਕਿਲੋਮੀਟਰ ਮੋਤਰਾ ਬਡਾਨ ਰੋਡ ਹੈ, ਪਿੰਡ ਸਾਨੇ ਵਾਲੀ ਹੈ। ਅੱਜ ਵੀ ਮਾਸ਼ਾ ਜਾਨਵਰ 5000 ਭਾਈ ਫਰਾਜ਼ ਸਾਹਿਬ ਜੀ ਜੀ, ਜਿਹਦੇ ਵਿੱਚੋਂ 3 ਜਾਨਵਰ ਸੇਲ ਹੋ ਗਏ ਜੀ, ਅਤੇ 2 ਇਨਸ਼ਾਲਾ ਭਰਾਵਾਂ ਨੂੰ ਸ਼ੋਅ ਕਰਵਾਉਂਦੇ ਹਾਂ। 2 ਜਾਨਵਰ ਗਏ ਜੇ ਪਸਰੂਰ ਫਕੀਰਾਂ ਵਾਲੀ ਪਿੰਡ ਜੇ, ਭਾਈ ਹਸਨ ਬਾਜਵਾ ਸਾਹਿਬ ਨੇ ਔਰ ਭਾਈ ਇਮਰਾਨ ਸਾਹਿਬ ਨੇ, ਇਮਰਾਨ ਖਰਲ ਸਾਹਿਬ, ਉਹ 2 ਜਾਨਵਰ ਲੈ ਗਏ ਜੇ। ਪਰ ਇਹ ਝੋਟੀ ਭਾਈ ਜ਼ਾਹਦ ਇਮਰਾਨ ਸਾਹਿਬ ਨੇ ਹਾਲ ਮਕੀਮ ਸਾਊਦੀਆ ਨੇ ਪਾਕਿਸਤਾਨ ਮੰਡੀ ਬਹਾਵਦੀਨ ਤੋਂ ਨੇ ਜੀ ਜੀ। ਪਿਛਲੀ ਵੀਡੀਓ 'ਚ ਇੱਕ ਝੋਟੀ ਲੈ ਗਏ ਹਨ, ਇਹ ਝੋਟੀ ਮਾਸ਼ਾਅੱਲਾ ਆਉਣ ਨਾਲ ਸੌਦਾ ਹੋ ਗਿਆ, ਝੋਟੀ ਉਹਨਾਂ ਨੂੰ ਭੇਜਣੀ ਹੈ। ਜ਼ਿੰਦਾਬਾਦ ਪਹਿਲਨ ਝੋਟੀ ਮਾਸ਼ਾਅੱਲਾ। 2 ਜਾਨਵਰ ਨੇ ਇਨਸ਼ਾਅੱਲਾ ਕਿ ਨਵਾਬ ਝੋਟੀ ਹੈ, ਅੱਲਾਹ ਦੇ ਹੁਕਮ ਦੇ ਨਾਲ ਭਰਾ ਦੇਖਣਗੇ ਤਾਂ ਆਖਣਗੇ ਵਾਕਈ ਨਵਾਬ ਹੈ। ਇੱਕ ਵੈੜੀ ਇਨਸ਼ਾਅੱਲਾ ਇਹ ਵੀ ਭਰਾ ਵੇਖਣਗੇ ਤੇ ਭਰਾ ਵੀ ਪਸੰਦ ਕਰਨਗੇ। ਇਹਦੇ ਤੇ ਵੀ ਲਫ਼ਜ਼ ਨਵਾਬ ਫਿੱਟ ਹੁੰਦਾ ਵਾ। ਨਵਾਬਾ ਤਾਂ ਨਵਾਬ ਹੋਏਗੀ, ਬਾਕੀ ਮੌਸਮ ਦਾ ਤੁਹਾਨੂੰ ਵੀ ਪਤਾ ਤੇ ਭਰਾਵਾਂ ਨੂੰ ਵੀ ਪਤਾ ਜੀ ਜੀ, ਜਾਨਵਰ ਨਵਾਏ ਨਵੇ ਬਿਲਕੁਲ ਕੋਨੀ ਆ ਗਏ। ਔਰ ਪਿਛਲੇ 3-4 ਦਿਨ ਤੋਂ ਪੱਠਿਆਂ ਦਾ ਜੋ ਹਾਲ ਹੈ ਉਹ ਵੀ ਤੁਹਾਨੂੰ ਪਤਾ ਹੀ ਹੈ। ਬਿਲਕੁਲ ਜੀ, ਇਹ ਵੀ ਹੁਣ ਸਮਝੋ ਕਿ ਸਾਨੂੰ ਮੌਕਾ ਮਿਲ ਗਿਆ ਵੀਡੀਓ ਬਣਾਉਣ ਦਾ, ਨਹੀਂ ਤੇ ਬਾਰਿਸ਼ ਇਹ ਸਵੇਰ ਤੋਂ ਦੀ ਹੀ ਵੀ ਸ਼ੁਰੂ ਕਰੀਏ। ਔਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਫਰਾਜ਼ ਸਾਹਿਬ, ਅੱਲਾਹ ਦੇ ਹੁਕਮ ਦੇ ਨਾਲ ਮੇਰੇ ਕਿਸੇ ਜਾਨਵਰ ਨੂੰ ਟਾਈਮ ਲਗਾ ਕੋ ਭਰਾ ਸਾਬਤ ਕਰੇ, 2 ਜਾਨਵਰ ਫ੍ਰੀ ਦੇ ਦੇਵਾਂਗੇ। ਜ਼ਿੰਦਾਬਾਦ ਜੀ ਭਾਈ ਅਬਦੁਰਰਹਮਾਨ ਲੈ ਕੇ ਆਓ। ਲੋ ਜੀ ਦੋਸਤੋ, ਚੈੱਕ ਕਰੋ ਮਾਸ਼ਾਅੱਲਾ ਜੀ, ਝੋਟੀ ਨੰਬਰ 1 ਇਹਨੂੰ ਆਉਂਦੇ ਨੇ ਭਾਈ ਫਰਾਜ਼ ਸਾਹਿਬ, ਸ਼ੌਕੀਨ ਤੇ ਨਵਾਬ ਜਾਨਵਰ। ਬਿਲਕੁਲ ਜੀ, ਪਿਆਰੇ ਭਾਈ ਇੱਧਰ ਲਿਆਓ ਜ਼ਰਾ। ਔਰ ਅਸੀਂ ਇਨਸ਼ਾਅੱਲਾ ਜਾਨਵਰ ਦਿਖਾਵਾਂਗੇ ਵੀ ਤੇ ਰੇਟ ਵੀ ਲਾਵਾਂਗੇ, ਕਿਉਂਕਿ 2-3 ਭਰਾਵਾਂ ਦੇ ਨਾਲ ਵੀਡੀਓ ਕਮੈਂਟ ਬੜੇ ਨੇ ਵੀ ਇਹ ਸ਼ੌਕੀਨ ਜਾਨਵਰ ਦਾ ਰੇਟ ਕਿਉਂ ਨਹੀਂ ਦੱਸਦੇ ਜੀ ਜੀ। ਠੀਕ ਹੈ ਲੋ ਦੋਸਤੋ, ਚੈੱਕ ਕਰੋ ਮਾਸ਼ਾਅੱਲਾ ਜੀ, ਝੋਟੀ ਨੰਬਰ 1 ਖਿਆਲ ਰੱਖੇ ਝੋਟੀ ਭਰਾਵਾਂ ਦੇ ਸਾਹਮਣੇ ਵੇ। ਬਿਲਕੁਲ ਜੀ, ਪੂਰੀ ਨਵਾਬ ਚੀਜ਼ ਹੈ। ਝੋਟੀ ਨੰਬਰ 1 ਕਿਨਵਾਂ ਸੁਆ ਸੂਈ ਹੈ ਰਾਣਾ ਸਾਹਿਬ? ਭਾਈ ਫਰਾਜ਼ ਸਾਹਿਬ, ਦੂਸਰਾ ਜੁਗਾ ਝੋਟੀ ਸੂਈ ਹੈ। ਠੀਕ ਹੈ, ਤਾਂ ਬਾਕੀ ਭਰਾਵਾਂ ਦੇ ਸਾਹਮਣੇ ਵੇ ਥਣਾ ਧਾਰ ਕੋਈ ਨਹੀਂ, ਇਹ ਚੱਕਰ ਆ ਚੈੱਕ ਕਰ ਲਓ ਮਾਸ਼ਾਅੱਲਾ ਜੀ, ਦੂਸਰਾ ਸੁਆ ਸੂਈ ਹੈ। ਸੋਹਣੀਆਂ ਵਿਰਲਾਂ ਤੇ ਥਣ ਲੱਗੇ ਨੇ ਮਾਸ਼ਾਅੱਲਾ, ਸੇਹ ਚੰਗੀ, ਕਦਬਤ ਦੋਸਤਾਂ ਦੇ ਸਾਹਮਣੇ, ਚਿਹਰੇ ਦੀ ਖੂਬਸੂਰਤੀ ਚੈੱਕ ਕਰਾਣਾ, ਇਹ ਚੈੱਕ ਕਰੋ ਜੀ ਮਾਸ਼ਾਅੱਲਾ, ਦੋਵਾਂ ਅੱਖਾਂ ਦੀ ਮੋਰਕ ਵੀ ਹੋਣੀ ਪਾਈ ਹੈ, ਤਾਂ ਬੜੀ ਘੁੱਟ ਕੇ ਪਈ ਆ, ਉਹਦੇ ਨਿਸ਼ਾਨ ਤੁਹਾਡੇ ਸਾਹਮਣੇ ਹੀ ਹੈ। ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਅੱਲਾਹ ਖੈਰ ਰੱਖੇ। ਲੋ ਜੀ ਦੋਸਤੋ, ਮੁਕੰਮਲ ਨਜ਼ਾਰੇ ਕਰੋ ਜੀ, ਇਹ ਵੀ ਜੀ ਰਾਣਾ ਸਾਹਿਬ ਦੀ ਮਿਹਨਤ। ਰਾਣਾ ਸਾਹਿਬ ਕਿਦਾਂ ਦੀ ਸੂਈ ਹੈ? ਇਹਨੂੰ ਭਾਈ ਫਰਾਜ਼ ਸਾਹਿਬ ਅੱਜ 8ਵਾਂ ਦਿਹਾੜਾ ਸੂਈ ਨੂੰ। ਠੀਕ ਹੈ, ਸੂਆ ਦੂਸਰਾ ਸੁਵਾ ਕਨਫਰਮ ਦੂਸਰਾ। ਲੋ ਜੀ ਦੋਸਤੋ, ਇਹ ਚੈੱਕ ਕਰੋ ਜੀ, ਦੂਸਰਾ ਸੂਆ 8 ਦਿਨ ਹੋ ਗਏ ਨੇ ਮਾਸ਼ਾਅੱਲਾ, ਮੁਕੰਮਲ ਤਸੱਲੀ ਕਰ ਲੈਣੀ ਹੈ। ਕਦ ਬਹੁਤ ਜਸਾਮਤ ਦੋਸਤਾਂ ਦੇ ਸਾਹਮਣੇ, ਇਹ ਚੈੱਕ ਕਰੋ ਜੀ, ਝੋਟੀ ਨੰਬਰ 1, ਦੋ ਅੱਖਾਂ ਦੀ ਰਗਨ ਸੇਮ। ਬਿਲਕੁਲ ਜੀ, ਇਹ ਚੈੱਕ ਕਰੋ ਜੀ, ਧੁਨੀਆਂ ਵਿੱਚ ਛੋਟੀ ਜੀ ਨਾ ਹੁੰਦੇ ਬਰਾਬਰ, ਥਾਨ ਇੱਕ ਦਫਾ ਚੈੱਕ ਕਰ ਲੈਣੇ ਨੇ। ਕਿੰਨਾ ਤੋਂ ਦੇਰੀ ਹੈ ਰਾਣਾ ਸਾਹਿਬ?
ਭਾਈ ਫਰਾਜ਼ ਸਾਹਿਬ ਝੂਠ ਬੋਲੀਏ ਤੇ ਫਿਰ 17 ਕਿਲੋ ਪੈ ਕਹਿ ਲਈਏ, 18 ਕਹਿ ਲਈਏ, 20 ਕਹਿ ਲਈਏ, ਲੇਕਿਨ ਜੇ ਰੀਅਲ ਇਸ ਟਾਈਮ ਜਿਸ ਭਰਾ ਦਾ ਦਿਲ ਕਰੇ ਦੋ ਟਾਈਮ ਤਿੰਨ ਟਾਈਮ ਡੇਰੇ ਜਾ ਕੇ ਚੋਏ ਜੀ ਜੀ, 13 ਕਿਲੋ ਦੁੱਧ ਦੀ ਗਰੰਟੀ ਹੈ, 13 ਕਿਲੋ ਟੋਟਲ ਪੱਕਾ ਦੁੱਧ ਟੋਟਲ। ਠੀਕ ਹੈ ਠੀਕ ਹੈ। ਓਏ ਦੋਸਤੋ, ਪੁੱਠਾ ਵੀ ਇੱਕ ਦਫਾ ਚੈੱਕ ਕਰ ਲੈਣਾ, ਤੂੰ ਨਹੀਂ ਚੈੱਕ ਕਰਾ ਦਿੱਤੀਆਂ ਵੀ ਨਾ ਉਹਦੇ ਬਰਾਬਰ ਹੱਡੀ ਦੋਸਤਾਂ ਖੁਦ ਹੀ ਵੇਖ ਲੈਣੀ ਹੈ। ਮਾਸ਼ਾਅੱਲਾ ਜੀ, ਪਿੱਛੇ ਜਾ ਕੀ ਹੈ ਪਿੱਛੇ ਭਾਈ ਫਰਾਜ਼ ਸਾਹਿਬ ਕੱਟੀ ਹੈ, ਮਾਸ਼ਾਅੱਲਾ ਕੱਟੀ, ਮਾਸ਼ਾਅੱਲਾ ਜੀ, ਪਿੱਛੇ ਦੇ ਕੱਟੀ, ਇਹ ਚੈੱਕ ਕਰ ਲਓ, ਇੱਕ ਥਾਂ ਬੱਚੇ ਨੂੰ ਪੁਲਾਈਦਾ ਤੇ ਮਾਸ਼ਾਅੱਲਾ ਬੱਚਾ ਚੈੱਕ ਕਰ ਲਓ, ਇਹ ਚੈੱਕ ਕਰੋ ਜੀ, ਪਿੱਛੇ ਦੇ ਕੱਟੀ, ਮਾਸ਼ਾਅੱਲਾ ਜੀ, ਹੋਰ ਵੀ ਸ਼ਾਹ ਕਾਲੀ ਹੈ। ਬਿਲਕੁਲ ਜੀ। ਲੋਏ ਦੋਸਤੋ, ਝੋਟੀ ਨੰਬਰ 1 ਸੀ, ਦੂਸਰਾ ਸੂ ਹੈ, 8 ਕੁ ਦਿਨ ਹੋ ਗਏ ਨੇ ਮਾਸ਼ਾਅੱਲਾ ਜੀ, 13 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ, ਥਾਣੇ ਇੱਕ ਦਫਾ ਫਿਰ ਚੈੱਕ ਕਰ ਲੈਣੇ ਨੇ, ਚੀਜ਼ ਚੰਗੀ ਹੈ ਮਾਸ਼ਾਅੱਲਾ ਜੀ। ਜੀ ਰਾਣਾ ਸਾਹਿਬ, ਝੋਟੀ ਨੰਬਰ 1 ਦਾ ਰੇਟ ਭਾਈ ਫਰਾਜ਼ ਸਾਹਿਬ, ਜਿਵੇਂ ਦੀ ਝੋਟੀ ਹੈ ਕਿਸੇ ਵੀ ਭਰਾ ਕਰੋ, ਇਹ ਤਾਂ 4 ਲੱਖ ਤੋਂ ਥੱਲੇ ਇੱਕ ਰੁਪਇਆ ਵੀ ਨਾ ਮੰਗੇ। ਠੀਕ ਹੈ, ਤੇ ਇਨਸ਼ਾਅੱਲਾ ਭਰਾਵਾਂ ਨਾਲ ਵਾਅਦਾ ਕੀਤਾ ਹੈ ਰੇਟ ਜਾਇਜ਼ ਦਾ ਮੁਨਾਸਬ ਕਰਨਾ, ਤੇ ਭਰਾ ਰੇਟ ਸੁਣ ਕੇ ਆਪ ਹੀ ਕਮੈਂਟ ਕਰਾਂਗੇ ਕਿ ਮਾਸ਼ਾਅੱਲਾ ਵਾਕਈ ਜਾਇਜ਼ ਰੇਟ। ਇਨਸ਼ਾਅੱਲਾ ਜਿਸ ਭਰਾ ਨੂੰ ਪਸੰਦ ਹੈ 2,90,000 ਦੀ ਝੋਟੀ ਦੇ ਦਿਆਂਗੇ, 2,90,000। ਠੀਕ ਹੈ ਲੋਏ ਦੋਸਤੋ, ਜਿਹੜਾ ਇੱਕ ਦਫਾ ਫਿਰ ਵੇਖ ਲੈਣਾ ਰੇਟ ਦਾ, 2,90,000 ਤੋਹਫੇ ਭਾਈ ਫਰਾਜ਼ ਸਾਹਿਬ ਪਸ਼ਮ ਭਰਾਵਾਂ ਦੇ ਸਾਹਮਣੇ। ਬਿਲਕੁਲ ਜੀ। ਠੀਕ ਹੈ, ਸ਼ਾਹ ਕਾਲੀ ਮੁਸ਼ਕਨ ਝੋਟੀ ਹੈ, ਇਹ ਚੈੱਕ ਕਰ ਲਓ ਮਾਸ਼ਾਅੱਲਾ, ਜਨਮਲ ਸਿੰਘ ਹੈ ਤੇ ਸ਼ਾਹ ਕਾਲੀ ਆਖੇ। ਬਿਲਕੁਲ ਜੀ। ਠੀਕ ਹੈ, ਪਿੱਛੇ ਦੇ ਕੱਟੀ ਤੇ ਕੱਟੀ ਮਾਸ਼ਾਅੱਲਾ ਜੀ, ਸਿਹਤਮੰਦ ਦੇ, ਸਿਹਤਮੰਦ ਦੇ ਅੱਲਾ ਦੇ ਹੁਕਮ ਦੇ ਨਾਲ ਇੱਕ ਥਾਂ ਦੁੱਧ ਪੁਲਾਈਦਾ ਹੀ ਹੈ। ਠੀਕ ਹੈ, ਇਹ ਚੈੱਕ ਕਰ ਲਓ ਜੀ, ਰੇਟ ਦਾ 2,90,000 ਦੂਸਰਾ ਸੁਆ ਸੀ, ਦੇਖੋ ਪਾਈ ਕਨੇ ਭਾਈ ਫਰਾਜ਼ ਸਾਹਿਬ, ਇਹ ਚੈੱਕ ਕਰੋ, ਆਪ ਹੀ ਭਰਾਵਾਂ ਨੇ ਫੈਸਲਾ ਕਰਨਾ ਹੈ ਕਿ ਚੀਜ਼ ਦਾ ਵੀ ਤੇ ਰੇਟ ਦਾ ਵੀ, ਰੇਟ ਦਾ ਵੀ। ਬਿਲਕੁਲ ਜੀ, ਇੰਜੀ ਗੱਲ, ਇਹੋ ਜਿਹਾ ਰੇਟ ਇਹੋ ਜਾਨਵਰ ਦਾ ਕਿਸੇ ਪੂਰੇ ਜ਼ਿਲ੍ਹਾ ਸਿਆਲਕੋਟ ਜੀ ਜਾਨਵਰ ਦਾ ਕਿਸੇ ਭਰਾ ਨੇ ਲਾਇਆ ਹੋਇਆ ਤਾਂ ਵੀ ਮੈਂ ਜ਼ਿੰਮੇਦਾਰ। ਜ਼ਿੰਦਾਬਾਦ। ਅਗੂ ਭਾਈ ਲੈ ਕੇ ਆਓ ਜੀ, ਝੋਟੀ ਨੰਬਰ 1 ਸੀ, ਰੇਟ ਦਾ 2,90,000, ਆ ਵੀ ਜ਼ਰਾ ਸ਼ੋਕ ਕਰਾ ਦਿਓ ਦੋਸਤਾਂ ਨੂੰ, ਭਾਈ ਫਰਾਜ਼ ਸਾਹਿਬ ਖੋਲ ਕੇ ਚੈੱਕ ਕਰਾ ਦਿਓ, ਇਹ ਚੈੱਕ ਕਰਾ ਦਿਓ ਜੀ, ਪਹਿਲਾਂ ਝੋਟੀ ਹੈ, ਸੇਲ ਹੋ ਗਈ ਹੈ ਭਾਈ ਜੀ, ਇਮਰਾਨ ਸਾਹਿਬ ਨੇ ਹਾਲ ਮੁਕੀਮ ਸਾਊਦੀਆ ਤੇ ਪਾਕਿਸਤਾਨ ਮੰਡੀ ਬਾਵਲਦੀਨ, ਮੰਡੀ ਬਾਵਲਦੀਨ ਤੋਂ ਪਹਿਲਾਂ ਝੋਟੀ ਸੀ ਮਾਸ਼ਾਅੱਲਾ, ਇਹ ਚੈੱਕ ਕਰ ਲੈਣਾ, ਸ਼ੋਕ ਅਦਾ ਕਰ ਲੈਣਾ ਦੋਸਤਾਂ ਨੂੰ, ਜ਼ਰਾ ਆਈਡੀਆ ਹੋਈਏ ਕਿ ਰਾਣਾ ਸਾਹਿਬ ਦੋਸਤਾਂ ਵਾਸਤੇ ਕਿਸ ਕਿਸਮ ਦੇ ਜਾਨਵਰ ਲੈ ਕੇ ਆਉਂਦੇ ਨੇ। ਇਹ ਗੱਬਾ ਨੇ ਪਹਿਲਾਂ ਸੁਆ ਨੇ ਸੁਣਿਆ ਕਿ ਨਹੀਂ ਲੈ ਰਹੀ ਸਾਹਿਬ, ਦਿਹਾੜੇ ਅੱਲਾ ਦੇ ਹੁਕਮ ਦੇ ਨਾਲ 5 ਨਹੀਂ ਸੁਣਦੀ ਝੋਟੀ, ਕਿਉਂਕਿ ਅਲਹਮਦੁਲਿਲਾ ਮੇਰੇ ਕੋਲ ਵੀ 3 ਦਿਨ ਹੋ ਗਏ ਨੇ ਜਾਨਵਰ ਆਏ ਹਨ। ਠੀਕ ਹੈ, ਕਿੰਨੇ ਦੰਦ ਆ ਇਹ ਭਾਈ ਫਰਾਜ਼ ਸਾਹਿਬ? ਮੂੰਹ 4 ਦੰਦ। ਠੀਕ ਹੈ, 4 ਦੰਦ, ਪਹਿਲਾ ਸੁਆ ਨੇ ਸੁਣਿਆ, ਦਿਨ ਕੋਈ 5 ਕਿ ਲੈ ਰਹੀ ਹੈ, ਦਿਨ ਫਿਕਸ ਨਹੀਂ ਹੁੰਦੇ, ਆਲਰੇਡੀ ਦਸੀ ਦਾ ਸੇਲ ਹੋ ਗਈ ਹੈ ਦੋਸਤਾਂ ਨੂੰ, ਜ਼ਰਾ ਸ਼ੋਕ ਕਰਾ ਦਈਏ, ਚੈੱਕ ਕਰ ਮੈਂ ਪੀੜੀ ਦੇ ਪਾਵੇ ਲੱਗੇ ਨੇ 4 ਇਸ ਤਰ੍ਹਾਂ ਥਾਣਾ, ਚੈੱਕ ਕਰ ਲਓ ਮਾਸ਼ਾਅੱਲਾ ਜੀ। ਠੀਕ ਹੈ, ਅਗੂ ਭਾਈ ਲੈ ਕੇ ਆਓ ਜ਼ਰਾ, ਮਾਸ਼ਾਅੱਲਾ ਜੀ, ਪਹਿਲਨ ਵੱਛੀ ਹੈ ਤੇ ਮੇਰੇ ਖਿਆਲ ਨਾਲ ਅੱਜ ਪਹਿਲੀ ਵੀਡੀਓ 'ਚ ਤੁਸੀਂ ਗਾਂ ਦਾ ਜਾਂ ਵੱਛੀ ਦਾ ਸ਼ੋਕ ਕਰਨ ਲੱਗੇ ਹੋ ਜੀ ਫਰਾਜ਼ ਸਾਹਿਬ, ਬਸ ਦੋਸਤਾਂ ਦੀ ਮਤਲਬ ਫਰਮਾਇਸ਼, ਕਿੰਨੇ ਦੰਦ ਰਾਣਾ ਸਾਹਿਬ? 4 ਦੰਦ ਵੱਛੀ ਹੈ, ਪਹਿਲਾ ਸੁਆ ਸੂਈ ਹੈ, ਕਿਦਾਂ ਦੀ ਸੂਈ ਹੈ ਇਹਨੂੰ ਭਾਈ ਜੀ? ਅੱਜ ਮਾਸ਼ਾਅੱਲਾ ਦਿਨ ਹੋ ਗਏ ਜੇ 3 ਸੂਈ ਨੂੰ। ਠੀਕ, ਇਹ ਚੈੱਕ ਕਰੋ ਜੀ, ਚਿਹਰੇ ਦੀ ਖੂਬਸੂਰਤੀ ਵੇਖ ਲੈਣੀ, ਹਲੇ ਬੋਲੇ ਤੇ 3 ਦਿਨ ਹੋ ਗਏ ਨੇ ਤੇ ਮੂੰਹ 'ਚ 4 ਦੰਦ, ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਥਾਣੇ ਇੱਕ ਦਫਾ ਮੈਂ ਚੈੱਕ ਕਰਾ ਦਿੰਦਾ। ਠੀਕ ਹੈ ਭਾਈ ਜਾਨ, ਟੋਰਿਓ ਜ਼ਰਾ ਪਿੱਛੇ ਜਾ ਕੇ, ਅੱਛਾ ਭਾਈ ਜੀ ਮਾਸ਼ਾਅੱਲਾ, ਪਿੱਛੇ ਆ ਬੱਚਾ, ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ। ਠੀਕ ਹੈ, ਕੋਈ ਨਹੀਂ, ਲੱਗ ਦਿੰਦਾ, ਚੱਲ ਟੋਰੋ ਭਾਈ। 3 ਕੁ ਦਿਨ ਹੋ ਗਏ ਨੇ, ਪਹਿਲਾ ਸੂਆ ਮੂੰਹ 'ਚ 4 ਦੰਦ, ਨਸਲ ਦੀ ਰਾਣਾ ਸਾਹਿਬ? ਭਾਈ ਫਰਾਜ਼ ਸਾਹਿਬ, ਨਸਲ ਭਰਾਵਾਂ ਦੇ ਸਾਹਮਣੇ ਹੀ ਹੈ, ਠੀਕ ਹੈ, ਨਸਲ ਅਸਾਂ ਕੋਈ ਨਹੀਂ ਦੱਸਣੀ ਹੈਗੀ, ਕਿਉਂਕਿ ਭਰਾਵਾਂ ਨੇ ਆਪ ਹੀ ਦੇਖ ਲਈ ਨਸਲ। ਠੀਕ ਹੈ ਠੀਕ ਹੈ, ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਫਰੀਜ਼ੀਅਨ ਤੇ ਚੋਲਸਤਾਨੀ ਤੇ ਕੋਈ ਜਰਸੀ ਦਾ ਕ੍ਰਾਸ ਲੱਗਦਾ ਪਿਆ, ਅੱਗੋਂ ਦੋਸਤ ਖੁਦ ਵੀ ਸਮਝਦਾਰ ਨੇ, ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਥਾਣੇ ਕਿਦਾਂ ਫਾਤਰੂ ਵੇਖਣੇ ਨੇ ਦੋਸਤਾਂ ਨੂੰ, ਜ਼ਰਾ ਤਸੱਲੀ ਹੋਈਏ, ਇਹ ਚੈੱਕ ਕਰ ਲਓ ਜੀ, ਹਲੇ ਬੋਲੇ ਤੇ ਵੇ 3ਰਾ ਦਿਨ ਨੇ, ਪਹਿਲਾ ਸੁਆ ਸੂਈ ਹੈ, ਮੁਕੰਮਲ ਹਾਈਟ ਕਦਬੁੱਤ ਮੈਂ ਚੈੱਕ ਕਰਾ ਦਿੰਦਾ ਵਾ, ਇਹ ਚੈੱਕ ਕਰੋ ਜੀ, 4 ਦੰਦ ਵੱਛੀ, ਪਿੱਛੇ ਦੇ ਵੱਛਾ ਮਾਸ਼ਾਅੱਲਾ, ਇਹ ਚੈੱਕ ਕਰੋ ਜੀ, ਖੂਬਸੂਰਤੀ ਦੀ ਵੇਖ ਲੈਣੀ ਹੈ ਭਾਈ, ਇਹ ਚਿਹਰਾ ਸਾਹਮਣੇ ਕਰਿਓ ਵੱਛੇ ਦਾ ਵੀ।
ਲੋ ਜੀ ਦੋਸਤਾਂ ਚੈੱਕ ਕਰੋ ਜੀ ਵੱਛਾ ਵੀ ਮਾਸ਼ਾਅੱਲਾ ਪੂਰਾ ਕੁਆਲਿਟੀ ਹੈ ਨਹੀਂ ਕਲਾਸ ਹੀ ਆਉਂਦਾ ਤਾਂ ਬਾਕੀ ਭਰਾਵਾਂ ਨੇ ਆਪ ਹੀ ਦੇਖ ਲੈਣਾ ਬਿਲਕੁਲ ਜੀ ਇਹ ਕਿੰਨਾ ਪੋਲ ਹੈ ਰਾਣਾ ਸਾਹਿਬ ਦੇ ਕੋਲ ਰੇਟ ਮੈਂ ਤੁਸੀਂ ਲਾ ਦਿਓ ਤੁਸੀਂ ਵੱਛੀਆਂ ਦੇ ਬਾਰੇ ਮੇਰੇ ਨਾਲ ਬਿਹਤਰ ਜਾਣਦੇ ਹੋ ਮਾਸ਼ਾਅੱਲਾ ਖਿਲਾੜੀ ਹੋ ਗਏ ਤੁਸੀਂ ਸੋਹਣਾ ਰੇਟ ਜਿੰਜ ਲਾਉਂਦੇ ਹੋ ਝੋਟੀਆਂ ਦਾ ਅੱਧਾ ਵੀ ਸੋਹਣਾ ਜਿਹਾ ਰੇਟ ਦੇਣਾ ਜਿਸ ਭਰਾ ਨੂੰ ਪਸੰਦ 2,55,000 ਦੇ ਵੱਛੀ ਦੇ ਦੇ 2,55,000 2,55,000 ਦੀ ਜ਼ਿੰਦਾਬਾਦ ਖੜਾ ਕਰ ਗਈ ਮੇਰੇ ਖਿਆਲ ਨਾਲ ਭਾਜੀ ਅੱਲਾ ਦੇ ਹੁਕਮ ਨਾਲ ਨਾ ਵੇਖੋ ਕੋਈ ਵਡਿਆਈ ਆਪਣੀ ਵੱਡੀ ਗੱਲ ਨਹੀਂ ਹੈਗੀ ਸਾਡੀ ਆਦਤ ਹੈ ਕਿ ਸਾਨੂੰ ਅਲਹਮਦੁਲਿਲਾ ਜਾਨਵਰ ਚ 5-10,000 ਨਫਾ ਮਿਲਦਾ ਤੇ ਜਾਨਵਰ ਦੇ ਦੇਈਦਾ ਜ਼ਿੰਦਾਬਾਦ 2,55,000 ਪਹਿਲਨ ਵੱਛੀ ਮਾਸ਼ਾਅੱਲਾ ਨਸਲ ਜ਼ਾਤ ਦੋਸਤਾਂ ਦੇ ਸਾਹਮਣੇ ਪਿੱਛੇ ਦੇ ਵੱਛੇ ਵਾਲੇ ਬੋਲੇ ਤੇ 3 ਕੁ ਦਿਨ ਹੋਏ ਨੇ 13 ਕਿਲੋ ਬੋਲਾ ਰੇਟ ਦਾ 2,55,000 ਵੱਛੀ ਜਿਵੇਂ ਦਾ ਥਾਨ ਲੱਗਾ ਮਾਸ਼ਾਅੱਲਾ ਉਹਦਾ ਕੀਮਤ 3,00,000 ਬਣਦੀ ਹੈ ਭਾਈ ਫਰਾਜ਼ ਸਾਹਿਬ ਨਹੀਂ ਸੋਹਣੇ ਥਾਨ ਲੱਗਾ ਜਾਇਦ ਲਈ ਇਹ ਤਾਂ ਤੋਹਫਾ ਦੇਣਾ ਤੇ ਜਾਇਦ ਰੇਟ ਨਾਲ ਦੇਣਾ ਭਾਈ ਜ਼ਿੰਦਾਬਾਦ ਹੋਰ ਵੇਖਣ ਵਾਲੇ ਵਾਸਤੇ ਕੋਈ ਪੈਗਾਮ ਕੋਈ ਮੈਸੇਜ ਸਾਰੇ ਭਰਾਵਾਂ ਦੀ ਮੁਹੱਬਤ ਦਾ ਸ਼ੁਕਰੀਆ ਭਾਈ ਫਰਾਜ਼ ਸਾਹਿਬ ਬੜੀ ਮੁਹੱਬਤ ਕਰਦੇ ਨੇ ਪੂਰਾ ਹਫ਼ਤਾ ਹੀ ਰਾਬਤੇ 'ਚ ਰਹਿੰਦੇ ਨੇ ਅਲਹਮਦੁਲਿਲਾ ਸੋਮਵਾਰ ਨੂੰ ਤੁਹਾਨੂੰ ਜਾਨਵਰ ਆਉਂਦੇ ਨੇ ਤੇ ਮਾਸ਼ਾਅੱਲਾ ਤੁਹਾਡੇ ਸਾਹਮਣੇ ਵਿਕੇ ਹੁੰਦੇ ਨੇ ਜੀ ਜੀ ਤੇ ਬਾਕੀ ਗਰੁੱਪ ਦੇ ਵਿੱਚ ਅਪਡੇਟ ਤੁਸੀਂ ਚੈੱਕ ਕਰਦੇ ਰਹਿੰਦੇ ਹੋ ਮੇਰੀ ਬਿਲਕੁਲ ਜੀ ਗੱਲੀਬਾਤੀ ਨਹੀਂ ਕਿ ਜਨਾਬ ਇੰਜ ਹੋ ਗਿਆ ਤੇ ਉਂਜ ਹੋ ਗਿਆ ਅਲਹਮਦੁਲਿਲਾ ਜੇ ਜਾਨਵਰ ਸੇਲ ਹੁੰਦਾ ਹੈ ਉਹਦੀ ਵੀਡੀਓ ਗਰੁੱਪ ਬਕਾਇਦਾ ਤੁਹਾਡਾ ਗਰੁੱਪ ਵੀ ਬਣਿਆ ਅਗਰ ਕੋਈ ਦੋਸਤ ਐਡ ਹੋਣਾ ਚਾਹੁੰਦਾ ਤੇ ਰਾਣਾ ਸਾਹਿਬ ਦੇ ਨੰਬਰ ਤੇ ਰੱਖ ਦੇਗਾ ਜਾਨਵਰ ਫਲਾਈ ਜਗ੍ਹਾ ਤੇ ਜਾ ਰਿਹਾ ਬਿਲਕੁਲ ਜੀ ਜਗ੍ਹਾ ਤੇ ਜਾ ਰਿਹਾ ਠੀਕ ਤੇ ਬਾਕੀ ਰੇਟ ਭਰਾਵਾਂ ਦਾ ਸਾਹਮਣੇ ਨੇ ਚੀਜ਼ਾਂ ਭਰਾਵਾਂ ਦਾ ਸਾਹਮਣੇ ਨੇ ਹੁਣ ਆਪ ਇਨਸ਼ਾਅੱਲਾ ਫੈਸਲਾ ਕਰਨਾ ਹੈ ਕਿ ਜਿਹੜਾ ਵਾਅਦਾ ਕੀਤਾ ਉਹ ਪੂਰਾ ਉਤਰਨੇ ਪਿਆ ਕਿ ਨਹੀਂ ਬਹੁਤ ਸ਼ੁਕਰੀਆ ਜਜ਼ਾਕੱਲਾ ਖੈਰ ਜੀ ਰਾਣਾ ਸਾਹਿਬ ਬਹੁਤ ਸ਼ੁਕਰੀਆ ਜੀ ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏ ਜੀ ਸਾਰੇ ਦੋਸਤਾਂ ਕੋ ਗੁਜ਼ਾਰਿਸ਼ ਹੈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਇਜਾਜ਼ਤ ਚਾਹੁੰਦੇ ਹਾਂ ਜੀ ਅੱਲਾ